मैकेनिकल राइस ट्रांसप्लांटिंग जो है ना बेसिकली जो स्टार्ट होती है ना वो नर्सरी से स्टार्ट होती है। ये मेरी नर्सरी देख रहे हैं, ये 25 डेज की नर्सरी है। अगर इसको गौर से देखेंगे ना आप लोग तो ये देखें, ये इसकी जड़ें देखें और इसकी हाइट देखें, ये 8 से 9 इंच की नर्सरी है 25 दिन की और बड़ी बराबर हर ट्रे दे 150 ग्राम मैं तकरीबन बीज पाया है। नर्सरी दे विच बीज ठीक होवे, नर्सरी बराबर उगी होवे तो नागे जमीन दे विच नहीं बणनगे ट्रांसप्लांटर दे नाल। अगर नर्सरी तुहाडी सही नहीं है तो गलतियां इत्थों शुरू हो जाणगियां। सर केड़ी वैरायटी है जी? एक कायनात हैगी है अपना 11-21 ते ओदा ही सीजन है, ओही चलदा पिया बड़े जबरदस्त है। देख रहे हो मेरी पहले ट्रांसप्लांट होई है सारी, ये कोई हफ्ता एक पहले ट्रांसप्लांट होई है ते हुण असीं ये लोड करदे पिया ट्रेवां तुहानूं दस्सदे आ। पहले काम सी साडा नर्सरी नूं सही तरीके दा रेज करना उगाना जी, ओह तुसीं देख लिया। आओ तुहानूं ट्रांसप्लांटिंग दिखाने। आह तुसीं देखदे पिए हो मशीन, मैं तुहानूं तुसीं खुद भी देख लो कि कोई नागा नहीं। नागे तुहानूं मैं पहले दस्सिया उदों बणदा जदों नर्सरी दे ट्रे दे विच नर्सरी दे विच नागे होणगे। नर्सरी 'ਚ ਨਾਗਾ ਨਹੀਂ ਆਉਂਦਾ, ਮਸ਼ੀਨ ਨਾਗੇ ਨਹੀਂ ਕਰਦੀ। ਇੱਧਰ ਲੱਗ ਰਹੀ ਹੈ ਤੇ ਰਿਜ਼ਲਟ ਇੱਧਰ ਆ ਜੀ ਤੁਹਾਡੇ ਸਾਹਮਣੇ ਆ। ਹਾਂਜੀ ਇਹ ਲੱਗੀ ਹੋਈ ਹੈ ਪਹਿਲੇ ਦੀ, ਇਹ ਲੱਗੀ ਹੋਈ ਹੈ ਬਿਲਕੁਲ। ਕੋਈ ਲਾਈਨ ਕੋਈ ਮਿਸ ਦਿਖਾ ਦਿਓ, ਕੋਈ ਪੌਦਾ ਕਿਤੇ। ਇਹ ਸਾਰਾ ਇੱਕ ਹਫ਼ਤਾ ਹੋਇਆ ਹਾਲੇ, ਇਹ ਨਰਸਰੀ ਖੜੀ ਹੋ ਗਈ ਹੈ। ਇਹ ਹੁਣ ਨਰਸਰੀ ਟ੍ਰੇਵਾਂ ਲੋਡ ਕਰਦੇ ਪਏ ਹਾਂ ਇਹਦੇ ਉੱਤੇ। ਇਹ ਯਨਮਾਰ ਕੰਪਨੀ ਹੈ, ਇਹ ਵੀ ਜਾਪਾਨ ਦੀ ਟੈਕਨੋਲੋਜੀ ਹੈਗੀ ਹੈ ਯਨਮਾਰ। ਪਹਿਲੇ ਵੀ ਮੁਲਕ ਦੇ ਵਿੱਚ ਮਸ਼ੀਨਾਂ ਮੌਜੂਦ ਨੇ, ਲੇਕਿਨ ਅਸੀਂ ਇਹਨੂੰ ਪਹਿਲੇ ਸੀਜ਼ਨ ਮੈਂ ਕਰਦਾ ਪਿਆ 200 ਏਕੜ, ਅਲਹਮਦੁਲਿਲਾ ਮੈਂ ਤਕਰੀਬਨ 150 ਏਕੜ ਲਾ ਲਿਆ। ਕਿੱਥੇ ਮੈਨੂੰ ਨਾਗਾ ਨਜ਼ਰ ਨਹੀਂ ਆਇਆ, ਕਿੱਥੇ ਕੋਈ ਇਹਦੇ ਪੌਦੇ ਨੂੰ ਤੋੜਦੀ ਨਹੀਂ, ਬਰਾਬਰ ਲਾਉਂਦੀ ਹੈ। ਯਨਮਾਰ ਇੱਕ ਬੜੀ ਕੰਪੀਟੈਂਟ ਜਿਹੜੀ ਹੈ ਨਾ ਕੰਪਨੀ ਹੈ। ਇਹਦਾ ਹਾਰਵੈਸਟਰ ਵੀ ਮੈਂ ਲੈ ਕੇ ਆ ਰਿਹਾ, ਅਸੀਂ ਲਾਉਣਾ ਜਿਹੜਾ ਹੁਣ ਕਟਾਈ ਕਰਾਂਗੇ ਅਸੀਂ, ਉਹ ਹਾਰਵੈਸਟਰ ਵੀ ਇਹੋ ਹੀ ਕੰਬਾਈਨ ਹੋਏਗਾ ਇਹਦਾ, ਯਨਮਾਰ ਕੰਪਨੀ ਦਾ ਹੋਏਗਾ। ਤੁਸੀਂ ਕੰਪਿਊਟਰ ਨੂੰ ਅੱਛਾ ਸਮਝਦੇ ਜੀ ਇਸ ਕੰਪਨੀ ਨੂੰ? ਦੇਖੋ ਮੈਂ ਸਮਝਦਾ ਦੋਨੋਂ ਬਰਾਬਰ ਨੇ, ਮਸ਼ੀਨ ਨੂੰ ਸਮਝਣਾ ਚਾਹੀਦਾ ਹੈ। ਉਹ ਚਾਹੇ ਕੋਈ ਹੋਰ ਬ੍ਰਾਂਡ ਹੋਵੇ ਚਾਹੇ ਯਨਮਾਰ ਹੋਵੇ, ਮਸ਼ੀਨ ਨੂੰ ਅਗਰ ਤੁਸੀਂ ਸਮਝੇ ਨਹੀਂ, ਸਮਝ ਕੇ ਨਹੀਂ ਚਲਾਇਆ ਨਾ, ਤਾਂ ਫਿਰ ਮਸ਼ੀਨ ਵੀ ਬੇਕਾਰ ਹੈ। ਠੀਕ ਹੈ ਜੀ। ਹਾਂਜੀ ਇਹ ਹੁਣ ਦੇਖੋ ਨਰਸਰੀ ਲੋਡ ਕਰ ਲਈ ਹੈ ਅਸਾਂ, ਇਹ ਹੁਣ ਮੋੜ ਕੱਢਦੀ ਪਈ ਹੈ। ਬੜੀ 4x4 ਹੈਵੀ ਮਸ਼ੀਨ ਹੈ, ਤਗੜੀ ਮਸ਼ੀਨ ਹੈ ਦੇਖੋ। ਔਰ ਕੱਦੂ ਨਹੀਂ ਕੀਤਾ, ਕੱਦੂ ਦੇ ਬਗੈਰ ਦੇਖੋ ਚੱਲਦਾ ਪਿਆ ਸਾਰਾ ਕੰਮ। ਤੁਸੀਂ ਐਰ ਕੀ ਸੀਜ਼ਨ ਮੰਗਵਾਈ ਹੈ? ਹਾਂਜੀ। ਕਿੰਨੇ ਦੀ ਆਈ ਸੀ ਜੀ ਇਹ? ਤਕਰੀਬਨ ਮੈਨੂੰ ਮਿਲੀ ਹੈ ਕੋਈ 5 ਮਿਲੀਅਨ ਦੀ, 50 ਲੱਖ ਦੀ। ਸਹੀ। ਲੇਕਿਨ ਰੇਟ ਜਿਹੜਾ ਨਾ ਇਸ ਵਕਤ ਇਹਦਾ ਮਾਰਕੀਟ ਦੇ ਵਿੱਚ ਜਿਹੜਾ ਨਾ ਕੋਈ 60 ਤੇ 75 ਦਾ ਚਲਾ ਗਿਆ ਹੈ। 6 ਰੋ ਹੈ ਸਰ। ਹਾਂਜੀ ਇਹਨੇ ਅੱਜ 6 ਰੋ ਵਾਲੀ ਹੈ ਔਰ ਬੜੀ ਜ਼ਬਰਦਸਤ। ਦੇਖਿਓ ਪਿੱਛੋਂ ਨਰਸਰੀ ਸਹੀ ਕਟਿੰਗ ਹੋ ਰਹੀ ਹੈ, ਬਰਾਬਰ ਲਾਈਨਾਂ ਬਰਾਬਰ ਨੇ। ਹਾਂਜੀ ਜੀ। ਆਟੋ ਫਲੋਟ ਹੈ, ਯਾਨੀ ਇਹ ਖੁੱਭਦੀ ਨਹੀਂ, ਫਸਦੀ ਨਹੀਂ, ਖੁਦ ਬਖੁਦ ਮਸ਼ੀਨ ਆਟੋ ਹੈ। ਸਹੀ। ਔਰ 4x4 ਹੈ, ਛੋਟਾ ਇੰਜਣ ਹੈ ਔਰ ਇਹਦੇ ਨਾਲ ਤਕਰੀਬਨ 1 ਏਕੜ ਦਾ 2 ਤੋਂ 2.5 ਲੀਟਰ ਖਰਚਾ ਆ ਰਿਹਾ, ਯਾਨੀ ਕਿ 1000 ਰੁਪਏ ਤੋਂ ਵੀ ਘੱਟ। ਜੀ ਜੀ। 1000 ਰੁਪਏ ਤੋਂ ਵੀ ਘੱਟ। ਡੇਲੀ ਦੀ ਮੈਂ ਤਕਰੀਬਨ 2-3 ਘੰਟੇ ਮੁੰਡਿਆਂ ਨੂੰ ਰੈਸਟ ਦੇ ਕੇ ਵੀ ਅਸੀਂ 10 ਤੋਂ 11 ਏਕੜ ਲਾ ਰਹੇ ਹਾਂ, ਅਦਰਵਾਈਜ਼ ਅਸੀਂ 15 ਏਕੜ ਆਰਾਮ ਨਾਲ ਇਹਦੇ ਨਾਲ ਲਾ ਸਕਦੇ ਹਾਂ ਰੋਜ਼ਾਨਾ ਦੀ। ਕਿੰਨਾ ਅਮਲਾ ਲੱਗਾ ਮਸ਼ੀਨ ਦੇ ਉੱਤੇ ਤਕਰੀਬਨ? ਦੇਖੋ ਇਹ ਜਿਹੜੇ ਪਿੱਛੇ ਦੇ ਮੁੰਡੇ ਖੜੇ ਆ ਉਹ ਇਹ ਨਰਸਰੀ ਨੂੰ ਇਹਦੇ 'ਤੇ ਚਾੜ ਕੇ ਉਹ ਲੋਡ ਕਰਦੇ ਨੇ। ਜੀ ਜੀ। ਠੀਕ ਹੈ ਜੀ। ਇੱਕ ਡਰਾਈਵਰ ਲੱਗਿਆ ਬਸ, ਬਾਕੀ ਨਰਸਰੀ ਟ੍ਰੇਵਾਂ ਤੁਸੀਂ ਦੇਖਿਆ ਟ੍ਰੇਵਾਂ ਅਸੀਂ ਇੱਥੇ ਸ਼ਿਫਟ ਕਰ ਦਿੰਦੇ ਹਾਂ। ਜੀ ਜੀ। ਇਹ ਟਾਈਮ ਨਾਲ ਇਹਦੇ ਟ੍ਰੇਲ ਬੁਲਾਈ ਜਾਂਦੇ ਹਾਂ। ਜਿਹੜੀ ਮੇਰੀ 1 ਏਕੜ ਦੇ ਵਿੱਚ ਟ੍ਰੇਲ ਲੱਗਦੀ ਪਈ ਹੈ ਨਾ ਕੋਈ 95 ਤੋਂ 100 ਦੇ ਦਰਮਿਆਨ ਲੱਗਦੀ ਪਈ ਹੈ। ਹਾਂਜੀ। ਤੇ ਸਰ ਫਿਰ 1 ਏਕੜ ਪੌਦਿਆਂ ਦੀ ਕਿੰਨੀ ਤਾਦਾਦ ਰੱਖਦੇ? 1 ਏਕੜ ਜਿਹੜੇ ਅਸੀਂ ਪੌਦੇ ਜਿਹੜੇ ਰਿਕਮੈਂਡਡ ਹੈਗੀ ਹੈ ਨਾ ਜੀ ਆਪਣੀ 11-21 ਦੀ 85,000 ਪੌਦੇ ਨੇ ਤੇ ਇੱਕ ਸੁਰਾਖ ਦੇ ਵਿੱਚ ਕੋਈ 3 ਤੋਂ 4 ਪੌਦੇ ਲਾ ਰਹੇ ਹਾਂ ਔਰ ਬਿਹਤਰੀਨ ਰਿਜ਼ਲਟ ਹੈ। ਦੇਖੋ ਕਬੂਟਾ ਯਨਮਾਰ ਨੂੰ ਮੈਂ ਅਸੀਂ ਕੋਈ ਵੀ ਬ੍ਰਾਂਡ ਆਪਣੇ ਬ੍ਰਾਂਡ ਨਾਲ ਨਹੀਂ ਮਿਲਾਵਾਂਗਾ।
ਯਨਮਾਰ ਦੀ ਬੈਸਟ ਹੈ ਸਾਡਾ, ਔਰ ਮਾਰਕੀਟ ਦੇ ਵਿੱਚ ਮੁਮਕਿਨ ਹੈ ਇਸ ਦਾ ਰੇਟ ਉਸ ਤੋਂ ਥੋੜ੍ਹਾ ਵੱਧ ਹੋਵੇ, ਅਗਰ ਵੱਧ ਹੋਏਗਾ ਤਾਂ ਇਹ ਕਿਸੇ ਵਜ੍ਹਾ ਤੋਂ ਵੱਧ ਹੋਏਗਾ। ਠੀਕ ਹੈ, ਕਬੂਟਾ ਦੀ 90-90 ਲੱਖ ਦੀ ਮਸ਼ੀਨ ਹੈ ਸਰ। ਮੈਂ ਅਸੀਂ ਆਪਣੀ ਮਸ਼ੀਨ ਦੀ ਗੱਲ ਕਰੀਏ, ਮੈਂ 200 acres ਲਾ ਕੇ ਪਹਿਲੇ ਸੀਜ਼ਨ ਦੇ ਵਿੱਚ ਆਪਣੇ ਪੈਸੇ ਬਚਾ ਲਏ ਆ, ਮੈਨੂੰ ਇੰਨਾ ਪਤਾ। ਠੀਕ ਹੋ ਗਿਆ ਜੀ, ਬਸ ਦੱਸਿਆ ਸਰ ਉਹਨਾਂ ਨੇ ਕਿ 1 acre ਦੇ ਵਿੱਚ ਤਕਰੀਬਨ 2-3 liter ਡੀਜ਼ਲ ਡੀਜ਼ਲ ਲੈਣਾ ਜੀ। ਅਤੇ ਸਰ ਜਿਹੜਾ ਤੁਹਾਡਾ ਅਮਲਾ ਹੈ, ਕਿੰਨੀ ਦੇਰ 'ਚ ਟ੍ਰੇਨ ਹੋ ਜਾਂਦਾ ਡਰਾਈਵਰ? ਸਰ 1 ਦਿਨ ਦੇ ਵਿੱਚ ਟ੍ਰੇਨਿੰਗ ਲਈ ਹੈ, ਜਾਪਾਨੀ ਖੁਦ ਇੱਥੇ ਆਏ ਸਨ, ਸਹੀ ਸਾਹਿਬ ਦੀ ਮਿਹਰਬਾਨੀ ਹੈ, ਉਹਨਾਂ ਨੇ ਸਾਰੇ ਸਾਨੂੰ ਕਰਕੇ ਅਸੀਂ ਮਤਲਬ ਟ੍ਰੇਨਿੰਗ ਲਈ ਹੈ, ਬਮਾਏ ਮੇਰੇ ਅਸੀਂ ਟ੍ਰੇਨਿੰਗ ਹੋ ਗਈ। ਟਰੈਕਟਰ ਡਰਾਈਵਰ ਹੀ ਚਲਾ ਜਾਂਦਾ? ਹਾਂਜੀ, ਆਮ ਟਰੈਕਟਰ ਮੇਰਾ ਡਰਾਈਵਰ ਹੈ, 10 years ਤੋਂ ਮੇਰੇ ਨਾਲ ਕੰਮ ਕਰ ਰਿਹਾ ਹੈ। 1 ਦਿਨ ਦੀ ਟ੍ਰੇਨਿੰਗ ਲਈ ਹੈ ਜਨਾਬ, ਇਹ ਤੁਹਾਡੇ ਸਾਹਮਣੇ ਹੈ, ਤੁਹਾਡੇ ਚੱਲਦਾ ਪਿਆ। ਅਸੀਂ ਜਟਕਿਆਂ ਦਾ ਕੰਮ ਤਾਂ ਨਹੀਂ ਚਾਹੁੰਦੇ, ਅਸੀਂ ਵਰਾਇਟੀ ਨੂੰ ਵੇਖਣਾ ਹੈ। ਸਾਡੀ ਵਰਾਇਟੀ ਸਾਨੂੰ ਕੀ ਕਹਿੰਦੀ ਹੈ ਕਿ ਪਲਾਂਟ ਟੂ ਪਲਾਂਟ ਦਾ ਫਾਸਲਾ ਕਿੰਨਾ ਹੋਵੇ, ਰੋਹ ਟੂ ਰੋਹ ਕਿੰਨਾ ਹੋਵੇ। ਠੀਕ ਹੈ, ਬਿਰਲਾ ਅਗਰ ਅਸੀਂ ਰੱਖਾਂਗੇ, ਜ਼ਹਿਰੀ ਗੱਲ ਹੈ ਉਹਨੇ ਬੂਟਾ ਜ਼ਿਆਦਾ ਮਾਰਨਾ ਹੈ। ਇਹ ਜਿਹੜੀ ਮਸ਼ੀਨ ਚੱਲਦੀ ਪਈ ਹੈ, ਇਹ ਉਹ ਜਿਵੇਂ ਸਮਝ ਲਓ ਬਾਬਿਆਂ ਦੇ ਅਕਲ ਦੇ ਮੁਤਾਬਿਕ ਚੱਲਦੀ ਪਈ ਹੈ। ਉਹਨਾਂ ਨੇ ਵਿਰਲਾ ਲਾਉਣਾ ਹੈ ਤਾਂ ਵਿਰਲਾ ਲਾ ਕੇ ਦੇਵੇਗੀ, ਉਹਨਾਂ ਨੇ ਸੰਘਣਾ ਲਾਉਣਾ ਹੈ ਤਾਂ ਸੰਘਣਾ ਲਾ ਕੇ ਦੇਵੇਗੀ। ਗੱਲ ਇਹ ਹੈ ਕਿ ਮੈਕੇਨਾਈਜੇਸ਼ਨ ਦੀ, ਅਗਰ ਮੈਂ ਅੱਜ ਚਾਹਵਾਂ ਇਹਦੇ ਨਾਲ 15 acres ਰੋਜ਼ਾਨਾ ਦੇ ਹਿਸਾਬ ਨਾਲ ਮੈਂ ਲਾ ਕੇ 200 acres ਨੂੰ ਮੈਂ ਕਿਤਨੇ 10-12 ਦਿਨਾਂ 'ਚ ਮੁਕਾ ਲੈਣਾ ਹੈ, ਮੈਂ 400 acres ਹੋਰ ਵੀ ਲਾ ਸਕਦਾ। ਇੱਕ ਅੱਛਾ ਦਾ ਅੱਛਾ ਬਿਜ਼ਨਸ ਵੀ ਹੈ ਔਰ ਮੈਕੇਨਾਈਜੇਸ਼ਨ ਵੀ ਹੈ। ਬਾਕੀ ਇਹ ਕਿ ਇਹ ਜਿਹੜੀ ਵਰਾਇਟੀ ਹੈ ਇਹ ਸੰਘਣੀ ਮੰਗਦੀ ਹੈ ਕਿ ਸੰਘਣੀ? ਤੁਸੀਂ ਮੈਂ ਨਾ 1 foot ਰੋ ਦਾ ਰੋ ਫਾਸਲਾ ਫਿਕਸ ਹੈਗਾ ਲਾਈਨਾਂ ਦਾ, 1 foot ਹੈ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 6 inches ਰੱਖਿਆ ਹੋਇਆ, ਜਿਹੜੀ ਕਿ ਇਸ ਵਰਾਇਟੀ ਦੀ ਰਿਕੁਆਇਰਮੈਂਟ ਹੈ। ਫਾਰਮ ਮੈਕੇਨਾਈਜੇਸ਼ਨ ਦੀ ਇੱਕ ਕਿਸਮ ਹੈ, ਇੱਕ ਸਟੈਪ ਹੈ ਟੂਵਰਡਸ ਫਾਰਮ ਮੈਕੇਨਾਈਜੇਸ਼ਨ, ਔਰ ਮੈਂ ਜ਼ਾਤੀ ਤੌਰ 'ਤੇ ਇਹ ਸਮਝਦਾ ਕਿ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਰਾਈਸ ਜਿਹੜੇ ਲੋਕ ਲਾਉਣ ਵਾਲੇ ਨੇ, ਖਾਸ ਤੌਰ 'ਤੇ ਜਿਹੜੀ ਕਾਲਰ ਬੈਲਟ ਜਿਹੜੀ ਪੰਜਾਬ ਦੇ ਵਿੱਚ ਰਾਈਸ ਲੱਗਦੀ ਹੈ, ਉਹਦੇ ਵਿੱਚ ਇਹ ਮਸ਼ੀਨ ਅਗਲੇ 3-5 years ਦੇ ਅੰਦਰ ਅੰਦਰ ਪੂਰੀ ਕਵਰੇਜ ਇਸ ਮਸ਼ੀਨ ਦੇ ਥਰੂ ਹੈ। ਠੀਕ ਹੈ, ਇਹ ਜਿਹੜਾ ਏਰੀਆ ਹੈ ਇਹਦੇ ਵਿੱਚ ਲੇਬਰ ਦੀ ਸ਼ਾਰਟੇਜ ਹੋ ਗਈ ਹੈ, ਇੰਡਸਟਰੀਅਲਾਈਜ਼ ਹੋ ਗਿਆ, ਲੇਬਰ ਅਵੇਲੇਬਲ ਨਹੀਂ ਹੁੰਦੀ, ਅਗਰ ਹੈ ਤਾਂ 11-12 thousand ਰੁਪਇਆ ਫੀ ਹੈ ਸਰ। ਲੇਬਰ ਇੰਨੇ ਪੌਦੇ ਲਗਾ ਨਹੀਂ ਨਾ ਰਹੀ, ਔਰ ਮੇਨ ਗੱਲ ਇਹ ਦੇਖੋ ਲੇਬਰ ਜਿਹੜੀ ਹੈ ਨਾ ਇੰਨੇ ਪੌਦੇ, ਅੱਛਾ ਨੰਬਰ ਆਫ ਪਲਾਂਟ ਫੀ ਏਕੜ ਇਹ ਇਤਨਾ ਇੰਪੋਰਟੈਂਟ ਹੈ ਕਿ ਇਹਦੇ ਤੋਂ ਇੰਪੋਰਟੈਂਟ ਫੈਕਟਰ ਨਹੀਂ ਹੈ। ਹਾਂਜੀ, ਰੀਜ਼ਨ ਉਹਦੀ ਕਿ ਬਾਕੀ ਜਿਤਨੀ ਤੁਹਾਡੀ ਰਿਕਮੈਂਡੇਸ਼ਨ ਨੇ ਉਹ ਸਾਰੀ ਫੀ ਏਕੜ, ਤੁਸੀਂ ਖਾਦ ਪਾਣੀ ਫੀ ਏਕੜ, ਪੈਸਟੀਸਾਈਡ ਸਪਰੇ ਕਰਨੀ ਫੀ ਏਕੜ, ਪਾਣੀ ਲਾਉਣਾ ਫੀ ਏਕੜ, ਅਗਰ ਉਸ ਏਕੜ ਦੇ ਵਿੱਚ ਤੁਹਾਡੇ ਪੌਦਿਆਂ ਦੀ ਤਾਦਾਦ ਪੂਰੀ ਨਹੀਂ ਹੈ ਤਾਂ ਫਿਰ ਤੁਹਾਡੀ ਆਊਟਪੁੱਟ ਉਹ ਨਹੀਂ ਆਉਂਦੀ ਜਿਹੜੀ ਆਉਣੀ ਚਾਹੀਦੀ। ਸਹੀ ਸਾਹਿਬ, ਆ ਗਿਆ ਸਰ, ਕੋਈ ਕੱਦੂ ਨਹੀਂ ਸਰ।